ਕਿਉਂਕਿ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਨਵਾਂ ਕਿਲ੍ਹੇ ਦਾ ਨਾਂ ਮੁੰਡਾ ਗੁਰਪ੍ਰੀਤ, ਜਿਹਨੇ ਕਿ ਆਪਣੇ ਪਿੰਡ ਦਾ ਨਾਂ ਵੀ ਰੋਸ਼ਨ ਕੀਤਾ। ਅਤੇ ਬਿਲਕੁਲ ਗੱਲ ਕਰੀਏ ਤਾਂ ਗਰੀਬਘਰ ਤੋਂ, ਘਰ ਦੇ ਹਾਲਾਤ ਨੂੰ ਦਿਖਾ ਦਿਆਂ ਕਿ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ। ਅਤੇ ਮੁੰਡਾ ਗੁਰਪ੍ਰੀਤ ਦਾ ਜਿਹੜਾ ਕਾਫੀ ਮਿਹਨਤ ਕਰਕੇ ਜਿਹੜਾ ਫੌਜ ਭਰਤੀ ਹੁੰਦਾ, ਅਤੇ ਫੌਜ ਭਰਤੀ ਹੋਣ ਤੋਂ ਬਾਅਦ ਜਿਹੜਾ ਪਰਿਵਾਰ ਆ ਇਸ ਤਰ੍ਹਾਂ ਸਵਾਗਤ ਕਰਦਾ ਹਰ ਗੁਆਂਢ ਰਿਸ਼ਤੇਦਾਰ ਕਰਦੇ ਨੇ ਕਿ ਜਿਸ ਤਰ੍ਹਾਂ ਇੱਕ ਵਿਆਹ ਦਾ ਮਾਹੌਲ ਹੋਵੇ। ਅਤੇ ਗਰੀਬੀ ਕਾਫੀ ਦੇਖੀ ਹੈ ਕਿਉਂਕਿ ਹਰ ਇੱਕ ਤਰ੍ਹਾਂ ਮਿਹਨਤ ਕੀਤੀ, ਝੋਨੇ ਵੀ ਲਾਏ, ਖੇਤਾਂ 'ਚ ਵੀ ਕੰਮ ਕੀਤਾ, ਲੇਕਿਨ ਆਖਿਰਕਾਰ ਮਾਂ ਪਿਓ ਦੀ ਇੱਛਾ ਪੂਰੀ ਕੀਤੀ ਸਾਡੇ ਨਾਲ ਨੇ। ਗੁਰਮੀਤ ਸਿੰਘ ਜੀ ਕਿਸਾਨ ਜੀ, ਗੁਰਮੀਤ ਸਿੰਘ ਜੀ ਕਿਸ ਤਰ੍ਹਾਂ ਪਿੰਡ ਦਾ ਮੁੰਡਾ ਨਾਂ ਰੋਸ਼ਨ ਕਾਫੀ ਕੀਤਾ? ਬਹੁਤ ਸਾਡੇ ਨਗਰ 'ਤੇ ਮਾਣ ਵਾਲੀ ਗੱਲ ਹੈ। ਗਰੀਬ ਘਰ ਦਾ ਮੁੰਡਾ ਜਿਹਦੇ ਪਿਓ ਨੇ ਮਾਂ ਨੇ ਬੜੀ ਮਿਹਨਤ ਕਰਕੇ ਲੋਕਾਂ ਦੇ ਘਰਾਂ 'ਚ ਜਾ ਜਾ ਬੜੀ ਮਿਹਨਤ ਕਰਕੇ ਆਪਦੇ ਪਰਿਵਾਰ ਦਾ, ਆਪਦੇ ਨਗਰ ਦਾ, ਆਪਦੇ ਸ਼ਹਿਰ ਦਾ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਜਦੋਂ ਸਾਡੇ ਨਗਰ ਵਿੱਚ ਆਇਆ। ਇੱਕ ਵਿਆਹ ਨਾਲੋਂ ਵੀ ਜ਼ਿਆਦਾ ਵਧੀਆ ਮਾਹੌਲ ਬਣਿਆ, ਪਰਿਵਾਰ ਨੂੰ ਤਾਂ ਖੁਸ਼ੀ ਸੀਗੀ ਸੀਗੀ, ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ। ਸਾਡੇ ਪਿੰਡ ਦਾ ਇੱਕ ਨਿਮਾਣਾ ਜਿਹਾ ਪੱਤਰਕਾਰ ਆ ਜਸਪ੍ਰੀਤ ਸਿੰਘ ਗੱਲੋਂ, ਉਹ ਕੰਮ ਦਾ ਵਿਚਾਰਾ ਵਾਲ ਕੱਟਣ ਦਾ ਕਰਦਾ, ਪਰ ਨਾਲ ਹਰੇਕ ਦੀ ਖੁਸ਼ੀ ਵਿੱਚ, ਗਮੀ ਵਿੱਚ, ਹਰੇਕ ਦੇ ਵਿੱਚ ਸਾਂਝ ਪਾਉਂਦਾ। ਉਹਨੇ ਇਹ ਪ੍ਰੋਗਰਾਮ ਚਲਾਇਆ, ਚਲਾਉਣ ਤੋਂ ਬਾਅਦ ਸਾਨੂੰ ਪਤਾ ਲੱਗਾ, ਬੜਾ ਮਾਣ ਮਹਿਸੂਸ ਹੋਇਆ, ਅਸੀਂ ਅੱਜ ਉਹਦੇ ਘਰ ਆਏ ਹਾਂ, ਸਾਨੂੰ ਆਪਦੇ ਆਪ 'ਤੇ ਬੜਾ ਫਖਰ ਹੋ ਰਿਹਾ। ਅਸੀਂ ਲੋਕਾਂ ਦੇ ਜਵਾਕਾਂ ਨੂੰ ਵੀ ਸੇਧ ਦੇ ਰਹੇ ਹਾਂ, ਕਹਿ ਰਹੇ ਹਾਂ ਵੀ ਇਹ ਮੁੰਡੇ ਤੋਂ ਸਿੱਖੋ, ਇਹਦੇ ਮਾਂ ਪਿਓ ਤੋਂ ਸਿੱਖੋ ਵੀ ਕੁਛ ਨਾ ਕੁਛ ਤੁਸੀਂ ਵੀ ਪ੍ਰਾਪਤੀਆਂ ਕਰੋ। ਬਿਲਕੁਲ, ਕੀ ਪ੍ਰਾਪਤੀ ਕਰੋ ਪਿੰਡ ਦੇ ਮੋਤਬਾਰ ਨੇ, ਕਿਸਾਨ ਆਗੂ ਨੇ, ਅਤੇ ਹਾਲਾਤ ਨੂੰ ਦੱਸ ਦਈਏ ਕਿ ਇਸ ਤਰ੍ਹਾਂ ਦੇ ਹਾਲਾਤਾਂ 'ਚੋਂ ਜਿਹੜਾ ਕਿ ਮੁੰਡਾ ਫੌਜ 'ਚ ਭਰਤੀ ਹੁੰਦਾ, ਇਸ ਤਰ੍ਹਾਂ ਦੀ ਮਿਹਨਤ ਅਤੇ ਹਾਲਾਤ ਇਹ ਸੀ ਕਰਦੇ ਕਿ ਤਿੰਨ ਕਮਰੇ ਨੇ, ਤਿੰਨਾਂ ਕਮਰਿਆਂ 'ਚ ਗੁਜ਼ਾਰਾ ਕਰਦੇ ਸੀ, ਮਾਂ ਪਿਓ ਜਿਹੜਾ ਦਿਹਾੜੀ ਕਰਦੇ ਸੀ, ਉਹਨਾਂ ਨਾਲ ਜ਼ਰੂਰ ਮਿਲਾਵਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਇੱਛਾਵਾਂ ਪੂਰੀਆਂ ਹੋਈਆਂ। ਕਿਉਂਕਿ ਮਾਣ ਵਾਲੀ ਗੱਲ ਹੋ ਜਾਂਦੀ ਪੂਰੇ ਪਿੰਡ ਨੂੰ, ਪੂਰੇ ਰਿਸ਼ਤੇਦਾਰਾਂ ਨੂੰ। ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਦੇ ਮਦਰ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਲੱਗਦਾ ਜੀ, ਕਿਉਂਕਿ ਗਰੀਬੀ ਕਾਫੀ ਦੇਖੀ ਹੁੰਦੀ, ਹਾਲਾਤ ਅਸੀਂ ਵੇਖੇ ਕਰਦੇ, ਕਿਸ ਤਰ੍ਹਾਂ ਲੱਗਾ ਜੋ ਮੁੰਡਾ ਭਰਤੀ ਹੋ ਕੇ ਪਹਿਲੀ ਵਾਰ ਆਇਆ। ਬਹੁਤ ਵਧੀਆ ਲੱਗਿਆ ਜੀ ਸਾਨੂੰ, ਇਹੋ ਜਿਹਾ ਮਾਲਕ ਹਰੇਕ ਨੂੰ ਦੇਵੇ, ਕਿਸੇ ਪਿੱਛੇ ਆਪ ਨੂੰ ਦੇਵੇ, ਠੀਕ ਹੈ ਨਾ। ਬਹੁਤ ਜ਼ਿਆਦਾ ਹਾਲਾਤ ਬਹੁਤ ਠੀਕ ਠਾਕ ਵੀ ਸੀਗੇ ਅਤੇ ਨਹੀਂ ਵੀ, ਅਤੇ ਇੱਥੋਂ ਤਾਂ ਮਿਹਨਤ ਕਰ ਕਰਕੇ ਇੱਥੋਂ ਤਾਂ ਪਹੁੰਚਾਏ ਆਪਾਂ, ਦਿਹਾੜੀਆਂ ਦੱਪੇ ਕਰ ਕਰਕੇ ਅਤੇ ਸਾਰਾ ਕੰਮ ਕਰਕੇ ਜੀ, ਫਿਰ ਇੱਥੋਂ ਤਾਂ ਮਿਹਨਤ ਕਰਕੇ ਬੱਚੇ ਪਾਲੇ ਆ। ਬਿਲਕੁਲ, ਸਾਡੇ ਨਾਲ ਗੁਰਪ੍ਰੀਤ ਸਿੰਘ ਨੇ। ਗੁਰਪ੍ਰੀਤ ਸਿੰਘ, ਤੁਸੀਂ ਕਿਸ ਤਰ੍ਹਾਂ ਦੀ ਗੱਲ ਕਰਦੇ ਹੋ ਪਰਿਵਾਰ ਦੀ? ਕਿਉਂਕਿ ਅਸੀਂ ਵੀ ਹਾਲਾਤ ਵੇਖੇ ਨੇ, ਜਿਹੜੀ ਗਰੀਬੀ ਦੇਖੀ ਹੈ, ਸਾਰਾ ਕੰਮ ਆਪ ਹੱਥੀਂ ਕੀਤਾ ਹੋਗਾ, ਅਤੇ ਕਿਸ ਤਰ੍ਹਾਂ ਹਾਲਾਤ ਸੀ, ਮਾਂ ਪਿਓ ਦੀ ਪਰਵਰਿਸ਼ ਕਿਸ ਤਰ੍ਹਾਂ ਕੀਤੀ ਤੁਹਾਡੀ? ਮਾਂ ਪਿਓ ਨੇ ਜੀ ਬਹੁਤ ਵਧੀਆ ਕੀਤੀ ਸਾਡੇ। ਮੈਂ ਸ਼ੁਰੂ ਤੋਂ ਕਬੱਡੀ ਖੇਡਦਾ ਸੀਗਾ ਜੀ, ਪਹਿਲਾਂ ਤੋਂ ਗੇਮ ਕਰਦੇ ਸੀਗੇ, ਖੇਡਦੇ ਕਰਕੇ ਸਾਨੂੰ ਵਧੀਆ ਜੀ, ਪਹਿਲਾਂ ਤੋਂ ਮਿਹਨਤ 'ਚ ਜੁੜੇ ਹੋਏ ਸੀਗੇ ਜੀ, ਘਰਦਿਆਂ ਨੇ ਸਾਨੂੰ ਕਦੇ ਨਹੀਂ ਰੋਕਣਾ ਵੀ ਤੁਸੀਂ ਇੱਧਰ ਕਾਹਤੋਂ ਜਾਂਦੇ ਇੱਧਰ, ਅਸੀਂ ਜੇ ਖੇਡਦੇ ਰਹੇ ਤਾਂ ਜੀ ਅੱਜ ਵਧੀਆ ਇੱਥੋਂ ਤੱਕ ਪਹੁੰਚੇ ਹਾਂ ਜੀ। ਬਿਲਕੁਲ, ਕੀ ਮਾਂ ਪਿਓ ਨੇ ਕਾਫੀ ਮਿਹਨਤ ਕੀਤੀ, ਕਿਸੇ ਨੂੰ ਸਿਰਾ ਦਿਓਗੇ ਮਾਂ ਪਿਓ? ਕਿਉਂਕਿ ਮਾਂ ਤਾਂ ਜ਼ਿਆਦਾ ਧਿਆਨ ਦਿੰਦੀ ਮੁੰਡਾ ਭਰਤੀ ਹੋਵੇ, ਪਿਓ ਤਾਂ ਚਲੋ ਬਾਹਰ ਕੰਮ 'ਤੇ ਜਾਂਦੇ ਨੇ, ਇਸ ਦਾ ਗੱਲ ਕਰੀਏ ਤਾਂ ਕਿਸ ਨੂੰ ਆਪਾਂ ਸਿਰਾ ਦੇਵਾਂਗੇ ਆਖਿਰਕਾਰ ਮਿਹਨਤ ਫਲੇ? ਮੈਂ ਤਾਂ ਜੀ ਦੋਨਾਂ ਨੇ ਦਊਂਗਾ ਜੀ, ਕਿਉਂਕਿ ਜਦੋਂ ਮੈਨੂੰ ਪੈਸੇ ਦੀ ਲੋੜ ਹੁੰਦੀ ਸੀਗੀ ਜੀ, ਮੈਂ ਮਾਤਾ ਤੋਂ ਮੰਗਦਾ ਸੀ, ਅਤੇ ਮਾਤਾ ਨੂੰ ਡੈਡੀ ਦਿੰਦੇ ਸੀਗੇ ਜੀ ਪੈਸੇ ਜੀ, ਅਤੇ ਜਦੋਂ ਮੈਨੂੰ ਘਰਦਿਆਂ ਤੋਂ ਕਾਹੇ ਚੀਜ਼ ਦੀ ਲੋੜ ਪਈ, ਘਰਦਿਆਂ ਨੇ ਪਹਿਲੇ ਬੋਲ ਮੇਰੀ ਉਹ ਮੰਗ ਪੂਰੀ ਕੀਤੀ ਆ ਜੀ, ਅੱਜ ਮੈਂ ਇੱਥੋਂ ਤੱਕ ਪਹੁੰਚਿਆ ਜੀ, ਆਪਦੇ ਮਾਂ ਪਿਓ ਦੀ ਬਦੌਲਤ ਪਹੁੰਚਿਆ ਜੀ। ਮੈਂ ਸਿੱਖ ਲਈ ਰੈਜੀਮੈਂਟ ਆ ਜੀ, ਮੇਰੇ ਸ਼੍ਰੀਨਗਰ ਜੁਆਇਨ ਕਰਨੀ। ਬਿਲਕੁਲ, ਕਿ ਉਹਨਾਂ ਦੇ ਫਾਦਰ ਸਾਹਿਬ ਹਰਮਾਨ ਨੇ ਕਿਸ ਤਰ੍ਹਾਂ ਦੀ ਗੱਲ ਕਰੀਏ ਤਾਂ ਮੁੰਡਾ ਪਾਲਿਆ ਤਾਂ ਜਦੋਂ ਆਇਆ ਕਿਸ ਤਰ੍ਹਾਂ ਦੀ ਖੁਸ਼ੀ ਸੀ ਵਿਚਾਰੇ ਤੋਂ? ਖੁਸ਼ੀ ਬਸ ਜੀ ਮਾਲਕ, ਪਹਿਲੀ ਗੱਲ ਤਾਂ ਸਭ ਤੋਂ ਜੀ ਅਸੀਂ ਜੋ ਸੱਚਾ ਸੁੱਧਾ ਡੇਰਾ ਉਹਨਾਂ ਦੇ ਅਸੀਂ ਚੇਲੇ ਸੀਗੇ, ਕਿਉਂਕਿ ਬੱਚੇ ਵੀ ਬਚਪਨ ਤੋਂ ਉੱਧਰ ਜਾ ਰਹੇ ਸੀ ਇਸ ਪਾਸੇ ਨਸ਼ੇ ਪਾਸੇ, ਸਾਡੇ ਬੱਚਿਆਂ ਦਾ ਕੋਈ ਧਿਆਨ ਨਹੀਂ ਆਇਆ ਘਰ ਦੇ ਵਿੱਚ,
ਬਸ ਬਹੁਤ ਵਧੀਆ ਚੀਜ਼ ਸੀ। ਖਾਣ ਪੀਣ ਨੂੰ ਜੋ ਅਸੀਂ ਮੰਗਦੇ ਸੀ ਉਹ ਦਿੰਦੇ ਸੀ। ਨਸ਼ੇ ਬਾਰੇ ਕੋਈ ਨਹੀਂ, ਬੱਚੇ ਅੱਜ ਤੱਕ ਉੱਧਰ ਗਏ, ਦੋਨੇ ਬੇਟੇ ਆ, ਬੇਟੀ ਆ, ਨਾਮਦਾਨ ਲਿਆ ਬਹੁਤ। ਬਸ ਸਤਿਗੁਰ ਸਾਨੂੰ ਸੱਚੇ ਪਾਤਸ਼ਾਹ ਉਹੀ ਦੇਣ ਵਾਲਾ ਜੀ। ਬਿਲਕੁਲ, ਕੀ ਕਹਿੰਦੇ ਦਿਹਾੜੀ ਵੀ ਮੁੰਡਾ ਕਰਦਾ ਰਿਹਾ ਤਾਂ ਕਿਸ ਤਰ੍ਹਾਂ ਦੀ ਕੀਤੀ ਹੈ? ਦਿਹਾੜੀ ਕੀਤੀ ਆ ਜੀ, ਝੋਨੇ ਵੀ ਲਾਉਂਦੇ ਰਹੇ ਹਾਂ ਜੀ। ਬਸ ਬਾਕੀ ਜਿਸ 'ਤੇ ਲਾੜ ਲੱਗ ਕੇ ਚੱਲੀਏ ਆਪੇ ਸਭ ਕੁਛ ਆਪੇ ਤਾਰਦਾ ਜੀ।